ਪਰਸੋਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਸੁਪਰ ਸਿੰਘ ਨੇ ਕਿਵੇਂ ਮੌਂਟਰੀਅਲ 'ਚ ਇੱਕ ਵੱਡਾ ਹਾਸਾ ਹੋਣ ਤੋਂ ਰੋਕਿਆ ਤੇ ਹੁਣ ਖਬਰ ਮਿਲ ਰਹੀ ਹੈ ਕਿ ਸੁਪਰ ਸਿੰਘ ਨੇ ਇੱਕ ਸੜਦੀ ਹੋਈ ਬਿਲਡਿੰਗ 'ਚੋਂ 17 ਲੋਕਾਂ ਦੀ ਜਾਨ ਬਚਾਈ। ਸੁਪਰ ਸਿੰਘ ਲੋਕਾਂ ਲਈ ਇੱਕ ਫਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ। ਆਏ ਦਿਨ ਉਸ ਨਾਲ ਜੁੜੀਆਂ ਅਣਗਿਣਤ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਸੁਪਰ ਸਿੰਘ ਕਰਕੇ ਲੋਕਾਂ ਵਿੱਚ ਸਿੱਖਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਜ਼ੋਰ ਫੜ ਰਹੀ ਹੈ। ਪਰ ਸੁਪਰ ਸਿੰਘ ਕੌਣ ਹੈ, ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ। ਕਿੱਥੋਂ ਛੜ ਪੀਏ ਹੈ? ਤੇਰੇ ਲਈ ਉਹਦੇ ਦਿਲ ਚ ਕੁਛ ਨੀ ਹੈਗਾ ਡਫਰਾ। ਉਹ ਸੋਹਣੀ ਆਗਲੀ ਉੱਤੋਂ ਗੋਰੀ ਆ, ਵੀਰੇ ਟਾਈਮ ਤਾਂ ਲਾਊ। ਆ ਦੇਸਣਾ ਵਾਂਗੂ ਥੋੜੋ ਸੋਹਣਾ ਮੁੰਡਾ ਵੇ ਆਈਫੋਨ ਦੇਖਿਆ ਨੀ ਤੇ ਲਾਵਾਂ ਲੈਣ ਨੂੰ ਲੜਦੇ ਹੀ ਫਿਰਨਗੇ। ਯਾਰ ਕੱਲ ਮੈਂ ਤੈਨੂੰ ਇੰਨਾ ਉੜੀਕਿਆ ਮੈਨੂੰ ਲੱਗਦਾ ਤੇਰੇ ਚ ਕੋਈ ਸਪੈਸ਼ਲ ਪਾਵਰਸ ਆ ਗਈਆਂ, ਲਾਈਕ ਅ ਸੁਪਰ ਹੀਰੋ। ਮਤਲਬ ਸ਼ਕਤੀਆਂ? ਪ੍ਰਮੋਸ਼ਨ ਜ਼ਰੂਰੀ ਆ ਪੁੱਤ। ਮੈਂ ਹਾਲੇ ਨਵਾਂ ਹੀ ਕੀਤਾ ਨਾ ਜੀ ਸਟਾਰਟ ਕੰਮ। ਮੈਂ ਜਦੋਂ ਉੜਦਾ ਪੱਟ ਤੇ ਹੱਥ ਮਾਰ ਕੇ ਉੜਦਾ ਨਾ ਜੀ, ਮੇਰੇ ਲੇਡੀਜ਼ ਤੋਂ ਥੋੜੀ ਜਿਹੀ ਸੰਗ ਆਉਂਦੀ ਆ। ਅੱਛਾ, ਸਿੰਘ ਕੱਲਾ ਗੋਰਿਆਂ ਨੂੰ ਨੀ ਪੂਰੀ ਦੁਨੀਆਂ ਨੂੰ ਦੱਸੋ ਅਸੀਂ ਕੌਣ ਹੁੰਦੇ ਹਾਂ। ਸਾਰਿਆਂ ਨੂੰ ਨਾ ਪਤਾ ਦੇਣਾ ਵੀ ਇੱਕ ਤਾਂ ਅਸੀਂ ਸਿੰਘ ਉੱਤੋਂ ਸੁਪਰ।